ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਪਾਤੜਾ ਸ਼ਹਿਰ ਦੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਦੇ ਲਈ ਕੰਮ ਕਰ ਰਹੇ ਪਾਰਟੀ ਦੇ ਕੱਟੜ ਸਮਰਥਕ ਬੀਬੀ ਲਾਭ ਕੌਰ ਨੇ ਕਈ ਪਰਿਵਾਰਾਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੋਬਿੰਦ ਸਿੰਘ ਵਿਰਦੀ ਦੀ ਪ੍ਰੇਰਣਾ ਨਾਲ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਬੀਬੀ ਲਾਭ ਕੌਰ ਦਾ ਅਕਾਲੀ ਬਸਪਾ ਉਮੀਦਵਾਰ ਬੀਬੀ ਵਰਿੰਦਰ ਕੌਰ ਲੁੰਬਾ ਨੇ ਸਵਾਗਤ ਕਰਦੇ ਉਹਨਾਂ ਨੂੰ ਪਾਰਟੀ ਦੇ ਵਿੱਚ ਵੱਧ ਤੋਂ ਵੱਧ ਸਨਮਾਨ ਦੇਣ ਦਾ ਯਕੀਨ ਦਵਾਇਆ। ਪਾਤੜਾ ਤੋਂ ਸਤਪਾਲ ਗਰਗ ਦੀ ਰਿਪੋਰਟ। ਅੱਜ ਜੀ ਬਹੁਤ ਖੁਸ਼ੀ ਦੀ ਗੱਲ ਆ, ਸਾਡੇ ਹਰਮਨ ਨਗਰ ਤੋਂ ਸਾਡੇ ਭੈਣ ਜੀ ਬੀਬੀ ਲਾਭ ਕੌਰ ਜੀ ਜਿਹੜੇ ਕਿ ਕਾਂਗਰਸ ਪਾਰਟੀ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਸੀ, ਪਰ ਆ 5 ਸਾਲਾਂ ਦੇ ਵਿੱਚ ਜਿੱਥੇ ਉਹਨਾਂ ਨੇ ਇੰਨੀ ਮਿਹਨਤ ਕਰਕੇ ਉੱਥੋਂ ਵੋਟ ਪਵਾਈ, ਉੱਥੇ ਉਹਨਾਂ ਨੇ ਇਹ ਗਰੀਬ 50 ਦੇ ਕਰੀਬ ਪਰਿਵਾਰ ਨੇ ਜਿਹੜੇ ਅੱਜ ਸਾਡੇ ਵਿੱਚ ਸ਼ਾਮਿਲ ਹੋਏ ਨੇ, ਇਹਨਾਂ ਦੀਆਂ ਦੁੱਖ ਤਕਲੀਫਾਂ ਜਦੋਂ ਕੁਛ ਵੀ ਸੁਣਿਆ ਨਹੀਂ ਕਾਂਗਰਸ ਨੇ, ਤਾਂ ਬੀਬੀ ਜੀ ਨੇ ਲਾਭ ਕੌਰ ਜੀ ਨੇ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਇਹਨਾਂ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਦਾ ਜਿਹੜਾ ਫੈਸਲਾ ਲਿਆ, ਅਸੀਂ ਇਹਨਾਂ ਨੂੰ ਸਾਰਿਆਂ ਨੂੰ ਸ਼ਾਮਿਲ ਕੀਤਾ ਅਤੇ ਇਹਨਾਂ ਨੂੰ ਮੈਂ ਵਿਸ਼ਵਾਸ ਦਿਵਾਉਂਦੀ ਹਾਂ ਕਿ ਜਿੱਥੇ ਜਿਵੇਂ ਅਸੀਂ ਪਹਿਲਾਂ ਹਰਮਨ ਨਗਰ ਦਾ ਵਿਕਾਸ ਕਰਾਇਆ ਉਸੇ ਤਰੀਕੇ ਨਾਲ ਸਗੋਂ ਉਸ ਤੋਂ ਵੱਧ ਆਪਣੀ ਸਰਕਾਰ ਬਣਾਓ, ਆਪਾਂ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਸਾਰੀਆਂ ਹੱਲ ਕਰਾਂਗੇ। ਜਿੱਥੇ ਆਪਾਂ ਸਾਰੇ ਜਾਣਦੇ ਹਾਂ ਕਿ 13-31 ਜਿਹੜਾ ਪ੍ਰੋਗਰਾਮ ਆ ਸਾਡੇ ਪ੍ਰਧਾਨ ਜੀ ਨੇ ਦਿੱਤਾ, ਉਹਦੇ 'ਚ ਜਿੱਥੇ ਹਰ ਇੱਕ ਬੀਬੀ ਨੂੰ 200 ਰੁਪਏ ਜਿਹੜਾ ਸਨਮਾਨ ਭੱਤਾ ਦਿੱਤਾ ਜਾਊਗਾ ਅਤੇ 400 ਯੂਨਿਟ ਇੱਕ ਮਹੀਨੇ ਦੇ, 2 ਮਹੀਨਿਆਂ ਦੇ 800 ਯੂਨਿਟ ਬਿਜਲੀ ਦੇ ਜਿਹੜੇ ਮਾਫ਼ ਕੀਤੇ ਗਏ ਨੇ, ਅਤੇ ਜਿਹੜੇ ਲਾਇਕ ਬੱਚੇ ਨੇ ਉਹਨਾਂ ਨੂੰ ਜੇ ਬਾਹਰ ਪੜ੍ਹਨ ਜਾਣਾ, ਆਪਾਂ ਜਾਣਦੇ ਹਾਂ ਕਿ ਜਿਹੜਾ ਇੱਕ ਆਮ ਪਰਿਵਾਰ ਆ ਉਹ ਵਿਚਾਰੇ ਆਪਣਾ ਗੁਜ਼ਰ ਬਸਰੀ ਮਸਾ ਕਰ ਰਹੇ ਨੇ, ਉਹਨਾਂ ਦੇ ਕਈ ਲਾਇਕ ਬੱਚੇ ਵੀ ਹੁੰਦੇ ਨੇ ਜਿਹੜੇ ਪੜ੍ਹ ਸਕਦੇ ਨੇ, ਉਹਨਾਂ ਨੂੰ 10 ਲੱਖ ਰੁਪਈਆ ਬਾਹਰ ਜਾਣ ਵਾਸਤੇ 3 ਸਾਲ ਦੇ ਲਈ ਜਿਹੜਾ ਉਹ ਕੋਈ ਵਿਆਜ ਨਹੀਂ ਲਿਆ ਜਾਊਗਾ, 3 ਸਾਲ ਤੋਂ ਬਾਅਦ ਬਿਨਾਂ ਵਿਆਜ ਤੋਂ ਜਿਹੜਾ ਉਹਦੀ ਭੁਗਤਾਨ ਕੀਤਾ ਜਾਊਗਾ। ਇਸ ਤਰ੍ਹਾਂ ਬਹੁਤ ਸਹੂਲਤਾਂ ਨੇ ਜਿਹੜੀਆਂ ਗਰੀਬ ਪਰਿਵਾਰਾਂ ਨੂੰ ਦਿੱਤੀਆਂ ਨੇ, ਸਾਰੀਆਂ ਇਹਨਾਂ ਤੱਕ ਜਿਹੜੀ ਇਕੱਲੀ ਇਕੱਲੀ ਪਹੁੰਚਾਵਾਂਗੇ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਅਤੇ ਇਹਨਾਂ ਦਾ ਪੂਰਾ ਸਨਮਾਨ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੀਬੀ ਜੀ ਦਾ, ਇਹਨਾਂ ਦੇ ਸਾਰੇ ਸਾਥੀਆਂ ਦਾ ਕਰਿਆ ਜਾਊਗਾ। ਪਾਤੜਾ ਤੋਂ ਸਤਪਾਲ ਗਾਰਗ।